ਹਾਂਜੀ ਦੋਸਤੋ, ਕੀ ਹਾਲ ਹੈ ਜੀ ਸਾਰਿਆਂ ਦਾ। ਦੋਸਤੋ, ਸਿੱਧੂ ਮੂਸੇਵਾਲੇ ਤੋਂ ਬਾਅਦ ਹੁਣ ਬਿੱਗ ਬਾਏ ਅਤੇ ਬਿੱਗ ਬਾਏ ਦੀਪ ਨੇ ਵੀ ਕਰਨ ਔਜਲਾ ਨੂੰ ਲਾਈਵ ਹੋ ਕੇ ਠੋਕਮਾ ਰਿਪਲਾਈ ਕੀਤਾ ਹੈ। ਦੋਸਤੋ, ਜਦੋਂ ਕਰਨ ਔਜਲਾ ਸਿੱਧੂ ਮੂਸੇਵਾਲੇ 'ਤੇ ਕੋਈ ਟਿੱਪਣੀ ਕਰਦਾ ਹੈ ਤਾਂ ਇੱਦਾਂ ਨਹੀਂ ਹੋ ਸਕਦਾ ਕਿ ਸਿੱਧੂ ਮੂਸੇਵਾਲਾ ਅੱਗੇ ਰਿਪਲਾਈ ਨਾ ਕਰੇ। ਸਿੱਧੂ ਮੂਸੇਵਾਲਾ ਰਿਪਲਾਈ ਕਰਨ ਲਈ ਰੈਡੀ ਰਹਿੰਦਾ ਹੈ, ਪਰ ਹੁਣ ਪਿਛਲੇ ਕਾਫੀ ਦਿਨਾਂ ਤੋਂ ਸਿੱਧੂ ਮੂਸੇਵਾਲੇ ਨੂੰ ਕਰਨ ਔਜਲਾ ਅਤੇ ਸਿੱਪੀ ਗਿੱਲ ਨੇ ਕਾਫੀ ਰਿਪਲਾਈ ਕੀਤੇ ਹਨ। ਅੱਗਿਓਂ ਸਿੱਧੂ ਮੂਸੇਵਾਲੇ ਦਾ ਕੋਈ ਰਿਪਲਾਈ ਨਹੀਂ ਆਇਆ, ਕਿਉਂਕਿ ਸਿੱਧੂ ਮੂਸੇਵਾਲੇ ਨੇ ਆਪਣੇ ਇਟਲੀ ਦੇ ਲਾਈਵ ਸ਼ੋਅ ਵਿੱਚ ਕਿਹਾ ਸੀ ਕਿ ਉਹ ਹੁਣ ਕਿਸੇ ਨੂੰ ਰਿਪਲਾਈ ਨਹੀਂ ਕਰੇਗਾ, ਜੋ ਕਿ ਤੁਸੀਂ ਦੇਖਿਆ ਹੀ ਹੋਵੇਗਾ। ਪਰ ਹੁਣ ਸਿੱਧੂ ਮੂਸੇਵਾਲੇ ਦੀ ਸਪੋਰਟ ਵਿੱਚ ਮਿਊਜ਼ਿਕ ਡਾਇਰੈਕਟਰ ਬਿੱਗ ਬਰਡ ਅਤੇ ਸਿੰਗਰ ਬਿੱਗ ਬੋਏ ਦੀਪ ਨੇ ਕਰਨ ਔਜਲਾ ਨੂੰ ਲਾਈਵ ਹੋ ਕੇ ਰਿਪਲਾਈ ਕੀਤਾ ਹੈ, ਜੋ ਤੁਸੀਂ ਖੁਦ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਦੋਸਤੋ, ਤੁਹਾਨੂੰ ਪਤਾ ਹੀ ਹੈ, ਬਿੱਗ ਬੋਏ ਦੀਪ ਨੇ ਸਿੱਧੂ ਮੂਸੇਵਾਲੇ ਦਾ ਲਿਖਿਆ ਹੋਇਆ ਸੌਂਗ ਹੋਮੀਸਾਈਡ ਵੀ ਗਾਇਆ ਸੀ, ਜੋ ਕਿ ਕਾਫੀ ਹਿੱਟ ਰਿਹਾ ਸੀ। ਬਿੱਗ ਬਰਡ ਅਤੇ ਬਿੱਗ ਬੋਏ ਦੀਪ ਸਿੱਧੂ ਮੂਸੇਵਾਲੇ ਦੇ ਕਾਫੀ ਚੰਗੇ ਦੋਸਤ ਵੀ ਹਨ, ਸ਼ਾਇਦ ਇਸੇ ਕਰਕੇ ਉਹ ਸਿੱਧੂ ਦੀ ਸਪੋਰਟ ਵਿੱਚ ਬੋਲੇ ਹਨ। ਉਹਨਾਂ ਦੀ ਵੀਡੀਓ ਦੇਖਣ ਤੋਂ ਪਹਿਲਾਂ ਜੇਕਰ ਤੁਸੀਂ ਵੀ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਵੋ, ਅਤੇ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਵੀ ਜ਼ਰੂਰ ਕਰ ਦੇਣਾ। ਓਕੇ, ਧੰਨਵਾਦ ਜੀ ਸਾਰਿਆਂ ਦਾ। ਬੰਦਾ ਕਹਿੰਦਾ ਕੋਈ ਚੱਕਰ ਨਹੀਂ, ਇਹਦਾ ਇਹ ਮਤਲਬ ਆ ਕਿ ਚੱਕਰ ਹੈ ਅਤੇ ਚੱਕਰ ਬਹੁਤ ਵੱਡਾ ਹੈ।